ਬੇਟੇ ਪਰਮ ਸੁਨੀਲ ਸਿੰਘ ਅਤੇ ਤੇਜ ਵਿਕਰਮ ਸਿੰਘ ਅਮਰੀਕਾ ਨਿਵਾਸੀ ਅਤੇ ਸਭਨਾਂ ਤੋਂ ਛੋਟਾ ਸੀ ਸਵਰਗੀਆ ਨਵਨੀਤ ਸਿੰਘ ਨੀਤੂ। ਸਭ ਤੋਂ ਵੱਧ ਖੁਸ਼ੀ ਮੈਨੂੰ ਉਦੋਂ ਹੋਈ ਸੀ ਜਦੋਂ ਮੇਰੇ ਨਵਨੀਤ ਨੇ ਜਨਮ ਲਿਆ ਸੀ, ਕਿਉਂਕਿ ਸਾਰਾ ਤੋਂ ਛੋਟਾ ਸੀ। ਦੁੱਖ ਵੀ ਉਦੋਂ ਆਇਆ ਜਦੋਂ ਰੱਬ ਲੈ ਗਿਆ, ਜਿਹੜਾ ਅਜੇ ਵੀ ਦੁੱਖ ਜ਼ਿੰਦਗੀ ਵਿੱਚ ਕੁਲੱਤਣ ਭਰੀ ਬੈਠਾ। ਜ਼ਿੰਦਗੀ ਵਿੱਚ ਦੁੱਖ ਜ਼ਿੰਦਗੀ ਨੂੰ ਕਸੈੜਿਆ ਕਰ ਦਿੱਤਾ ਉਹਦੇ ਵਿਛੋੜੇ। ਪਾਇਆ ਬਾਦਲਾ ਮਜਲ ਸਾਂਦੀਆਂ ਨੇ, ਇਹਨਾਂ ਦੇ ਸ਼ੌਕ ਜੀ ਪਹਿਲਾਂ ਤੋਂ ਹੀ ਹੈਗੇ ਆ ਸ਼ਿਕਾਰ ਖੇਡਣ ਦੇ, ਅਤੇ ਸੋ ਇਹ ਸ਼ੌਕ ਉਹਨਾਂ ਦਾ ਅੱਜ ਤੱਕ ਚੱਲਦਾ। ਅਤੇ ਬਾਕੀ ਰਹੀ ਖਾਣ ਪੀਣ ਦੀ ਗੱਲ, ਖਾਂਦੇ ਔਰ ਕੁਛ ਨਹੀਂ, ਜ਼ਿਆਦਾਤਰ ਦਾਲਾਂ ਜ਼ਿਆਦਾ ਖਾਂਦੇ ਆ। ਉਹ ਜੀ ਮੈਰਿਜ ਤੋਂ ਚਾਰ ਕੁ ਦਿਨ ਬਾਅਦ ਹੀ ਨਾ ਇਹਨਾਂ ਨੂੰ ਕੋਈ ਆ ਗਿਆ ਲੈਣ ਵਾਸਤੇ, ਕਾਮਰੇਡ ਠੱਠੇ ਦਾ ਸੀਗਾ ਗੋਪਾਲ ਸਿੰਘ, ਬਸ ਉਹਨੇ ਇਸ਼ਾਰਾ ਕੀਤਾ ਇਹ ਚਲੇ ਗਏ। ਅਤੇ ਦਸ ਕੁ ਦਿਨ ਬਾਅਦ ਇਹ ਆਏ, ਉਹਨਾਂ ਚਿਰ ਨੂੰ ਮੇਰਾ ਭਤੀਜਾ ਜੀ ਮੈਨੂੰ ਲੈਣ ਆਏ ਸੀਗੇ, ਅਤੇ ਇਹ ਫਿਰ ਕਹਿਣ ਲੱਗੇ ਵੀ ਅਸੀਂ ਵੀ ਤੁਹਾਡੇ ਨਾਲ ਜਾਣਾ। ਅਤੇ ਉਹ ਫਿਰ ਕਹਿਣ ਲੱਗੇ ਵੀ ਨਹੀਂ ਤੁਸੀਂ ਨਹੀਂ ਜਾ ਸਕਦੇ ਫੁੱਫੜ ਜੀ, ਤੁਸੀਂ ਦਸਾਂ ਦਿਨਾਂ ਬਾਅਦ ਆਏ ਹੋ ਤੁਸੀਂ, ਅਤੇ ਨਹੀਂ ਫਿਰ ਸਾਡੇ ਨਾਲ ਚੱਲ ਪਏ। ਬਸ ਇਹ ਘਰ 'ਤੇ ਘੱਟ ਹੀ ਬੈਠੇ ਜੀ ਮੈਰਿਜ ਤੋਂ ਬਾਅਦ, ਜ਼ਿਆਦਾਤਰ ਬਾਹਰ ਰਹੇ। ਗੁਰਦਾਸਪੁਰੀ ਜੀ, ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੰਗੀਤ ਨਾ ਹੁੰਦਾ, ਸੁਰ ਨਾ ਹੁੰਦਾ, ਤਾਂ ਕੀ ਹੋਣਾ ਸੀ ਤੁਸੀਂ? ਗੁਰਗਾਨੀ ਸਾਹਿਬ, ਇਹ ਤਾਂ ਵਕਤ ਦੀ ਗੱਲ ਹੈ ਨਾ, ਵੀ ਕਿਹੜਾ ਵਕਤ ਸੀ, ਵਕਤ ਦੇ ਨਾਲ ਕਿਹੜੇ ਪਾਸੇ ਢਲਣਾ ਸੀ। ਪਰ ਇਹ ਲਾਜ਼ਮੀ ਸੀ ਵੀ ਸੰਗੀਤ ਦਾ, ਗਾਇਕੀ ਦਾ ਸ਼ੌਕ ਤਾਂ ਮੈਨੂੰ ਸ਼ੁਰੂ ਤੋਂ ਰਿਹਾ, ਅਤੇ ਕਿਸੇ ਨਾ ਕਿਸੇ ਪਾਸੇ ਲੱਗਣਾ ਹੀ ਸੀ। ਕਦੇ ਕਦੇ ਮਹਿਸੂਸ ਹੋਇਆ ਜਦੋਂ ਤੁਸੀਂ ਆਪਣੇ ਆਪ ਨੂੰ ਸੰਗੀਤ ਤੋਂ, ਸੁਰਾਂ ਤੋਂ ਜੁਦਾ ਮਹਿਸੂਸ ਕੀਤਾ, ਅਲੱਗ ਮਹਿਸੂਸ ਕੀਤਾ? ਹੁਣ ਥੋੜੇ ਸਮੇਂ ਤੋਂ ਜਦੋਂ ਇੱਕ ਸੰਕਟ ਦੇ ਵਿੱਚ ਪਿਆ ਨਾ ਮੈਂ, ਉਦੋਂ ਮੈਂ ਮਹਿਸੂਸ ਕੀਤਾ, ਲੇਕਿਨ ਪਹਿਲਾਂ ਮੈਂ ਕਦੇ ਨਹੀਂ ਕੀਤਾ। ਇਹ ਫਿਰ ਵੀ ਮਤਲਬ ਇਹ ਇੰਨਾ ਕੁਛ ਹੁੰਦਿਆਂ ਵੀ ਮਤਲਬ ਇਹਦੇ ਕੋਲੋਂ, ਸੰਗੀਤ ਕੋਲੋਂ, ਕਲਾ ਕੋਲੋਂ ਮੇਰੇ ਕੋਲੋਂ ਨਿਖੜਿਆ ਨਹੀਂ ਗਿਆ, ਫਿਰ ਵੀ ਨਹੀਂ ਨਿਖੜਿਆ ਗਿਆ। ਸੰਗੀਤ ਦੇ ਨਾਲ ਰੁਚੀ ਜਿਹੜੀ ਆ ਇਹ ਸ਼ੁਰੂ ਤੋਂ ਰਹੀ ਆ, ਅਤੇ ਸੰਕਟ ਦੇ ਵਿੱਚ ਵੀ ਜੁੜੀ ਰਹੀ ਹੈ। ਇਸ ਲਈ ਕਦੀ ਵੀ ਮੈਂ ਮਹਿਸੂਸ ਨਹੀਂ ਕੀਤਾ ਵੀ ਮੈਂ ਗੀਤਾਂ ਨਾਲੋਂ ਵੱਖਰਾ ਹੋਵਾਂ ਜਾਂ ਵੱਖਰਾ ਹੋਇਆ ਹੋਵਾਂ। ਤੁਸੀਂ ਸਰਪੰਚ ਰਹੇ ਹੋ ਅਤੇ ਕਹਿੰਦੇ ਆ ਬਈ ਜਿੰਨਾ ਚਿਰ ਸਰਪੰਚ ਰਹੇ ਕੋਈ ਬੰਦਾ ਥਾਣੇ ਠਪਾਣੇ ਨਹੀਂ ਜਾਣ ਦਿੱਤਾ। ਮੈਂ ਬਿਲ ਜਦੋਂ ਮੈਂ ਸਰਪੰਚ ਬਣਿਆ ਨਾ, ਅਤੇ ਆਪਣੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਸਾਰੇ ਲੰਗਰ ਦਾ ਇਕੱਠ ਕੀਤਾ, ਔਰ ਉੱਥੇ ਮੈਂ ਇੱਕ ਗੱਲ ਕਹੀ ਕਿ ਜਿੰਨਾ ਚਿਰ ਮੈਂ ਸਰਪੰਚ ਹਾਂ ਉਹਨਾਂ ਚਿਰ ਮੈਂ ਸ਼ਰਾਬ ਨਹੀਂ ਪੀਊਂਗਾ। ਵੈਰੀ ਗੁੱਡ। ਅਤੇ ਲੱਗਦੀ ਵਾਏ ਮੈਂ ਆਪਣੇ ਪਿੰਡ ਪੁਲਿਸ ਨਹੀਂ ਆਉਂਦੀ। ਕਾਫੀ ਦੇਰ ਹੋ ਗਈ ਕਿ ਮੋਗੇ ਅਮਨ ਕਾਨਫਰੰਸ ਸੀ, ਉੱਥੇ EMS ਨਮੂਦਰੀਪਾਲ, ਗੋਪਾਲਨ ਅਤੇ ਇਹ ਸਾਰੇ ਲੀਡਰ ਉੱਥੇ ਆਏ ਸੀਗੇ, ਅਤੇ ਅਮਰਜੀਤ ਗੁਰਦਾਸਪੁਰੀ ਉੱਥੇ ਅਮਨ ਕਾਨਫਰੰਸ ਦੇ ਉੱਤੇ ਗਾ ਰਿਹਾ ਸੀ, ਅਤੇ ਇਕੱਠ ਇੰਨਾ ਸੀ ਅਤੇ ਮੱਸਿਆ ਦੀ ਰਾਤ ਨੂੰ ਇੰਨੇ ਤਾਰੇ ਨਹੀਂ ਹੁੰਦੇ ਜਿੰਨਾ ਇੰਨਾ ਇਕੱਠ ਸੀ। ਜਦੋਂ ਬੋਲ ਕੇ ਹਟਿਆ ਇਕੱਠ ਅੰਦਰ ਰਹਿ ਗਿਆ,
मैं देखिया भी इन्नी आवाज और जिधर जावे लोग मगर जान मेरा इन्हां दे नाल त्यो वधिया प्यार वधिया स्नेह वधिया मैं जिथे किते भी ये गाँवदा बन्ने चन्ने दूर जिले का सी बाहर जिले का सी मैं इहदा प्रशंसक भी सी इहनूं सुण भी जांदा और फिर कई कॉन्फ्रेंसां दे उत्ते जोगिंदर बाहर दा जदों ओपेरा करदा हुंदा सी ते उहदे नाल इह ते सुरिंदर कौर हुंदे तां इह त्रिवेणी दा इह जदों गंगा जमुना ते सरस्वती जिवें इकट्ठियां हो जांदियां ने किसी प्रोग्राम तिने इकट्ठे हो जाते तो यह लगता कि सारा खलकत इतने आ गई है। तो अमरजीत को गायकी का बहुत बड़ा खजाना। वैसे भी ए अखर अंग्रेजी का पहला नंबर है, ये बंदा भी ए है लट्ठा। तो जो गीत मैं सुनूं वो गुनाउण लग्या तो लोगों को यूं याद ने जिवें छोटे बच्चे नूं पहाड़े याद आते हैं, इवें याद ने लोगों। ते तुसी रहो भी 55 वरे निरंतर उदू बाद प्रोफेसर मोहन सिंह मेरा लाया उत्थे भी लोग बार बार इनू सुन ते और ये तो सानू लभदे नहीं सी बड़ी मुश्किल नाल लिखे आया ते हुण सरदारां दे नूं नवां शौक पैदा होया है कुते भजाउण लग गया है। लोग तां इनू कला करके जाणदे ने ते कुते मगर भज्जे फिरदा लोग इहदे मगर भज्जे फिरदे ने भी सानू खड़ा सुना ये अजीब है। बाबल दी अखियां दा चानण अंबड़ी दे अरमान अज मौत दी घोड़ी चले अज वीरां दी भैण लमाणी किस दी वाग पड़े पैना दे वीरों मेरी चुन्नी नीरा मेरी चुन्नी नीरा कतीरा वे पैना दे वीरों मेरी इस फकर कलाकार दी गायकी हमेशा उसकी चिट्टी पगड़ी वांग दुध धोती रही है। अनेक सभ्याचारक ते साहित्यक संस्थावां वल्लों माना सन्माना नाल नवाजिया गया है अमरजीत गुरदासपुरी, पर अपना सब तो वड्डा सन्मान वो जनता दा प्यार ही मानदा है। असी छोटे हुंदे जलंधर रेडियो स्टेशन तो अमरजीत गुरदासपुरी दे गीत सुनते होंगे सी पर उसनों देखिया नहीं सी। जलंधर रेडियो तो वो इंज नहीं कि सैकड़े जां हज़ारां गीत अमरजीत गुरदासपुरी दे वजदे रहे, कुछ गिणती दे गीत ही चलते रहे, पर वो एक एक गीत मैनू ते मेरे वर्गे होर लखां स्रोतियां नूं जबानी चेते हुए पए आ। वो बहुत वधिया गायक आ। मशहूरी दे फार्मूलियां दे विच ओ असल विच उहने अपने आप नूं ढालिया ही नहीं, वो एक वचनबद्ध ते कमिटड गायक आ।
ਉਹਦਾ ਸਭ ਤੋਂ ਮਸ਼ਹੂਰ ਗੀਤ ਜੇ ਕਹਿਣਾ ਹੋਵੇ ਬਈ ਤੇ ਲੱਗ ਜਾਂਦੀ ਤੇਰੀ ਰੂਪ ਦੀ ਦੁਪਹਿਰ ਵਿੱਚ ਭਲਾ ਮੈਨੂੰ ਤੇਰੀ ਸੌਈ ਰਾਹ ਜਾਂਦੇ ਰਾਹੀਆਂ ਨੂੰ ਤੂੰ ਇੱਕ ਘੁੱਟ ਪਾਣੀ ਦੀ ਪੁੱਛਿਆਈ ਕਰ ਹਰ ਅੰਤਰ ਦੇ ਵਿੱਚ ਭਲਾ ਮੈਨੂੰ ਤੇਰੀ ਸੌਈ ਖਾਸ ਇੱਕ ਲੋਕ ਤਰਜ਼ ਦੇ ਵਿੱਚ ਉਹਨੇ ਗਾਇਆ ਸੈਂਕੜੇ ਵਾਰ ਸੁਣ ਕੇ ਵੀ ਇਹ ਗੀਤ ਵਾਰ ਵਾਰ ਫਿਰ ਸੁਣਨ ਨੂੰ ਜੀ ਕਰਦਾ ਇਸੇ ਤਰ੍ਹਾਂ ਅਮਰਜੀਤ ਗੁਰਦਾਸਪੁਰੀ ਨੇ ਹੀਰ ਨੂੰ ਵੀ ਬਹੁਤ ਅੱਛਾ ਗਾਇਆ ਅਸੀਂ ਬੜੇ ਚਿਰ ਤੋਂ ਗੁਰਭਜਨ ਗਿੱਲ ਅਤੇ ਮੈਂ ਸਕੀਮਾਂ ਘੜਦੇ ਰਹਿੰਦੇ ਹੁੰਦੇ ਸੀ ਪ੍ਰੋਗਰਾਮ ਬਣਾਉਂਦੇ ਰਹਿੰਦੇ ਸੀ ਕਿ ਅਮਰਜੀਤ ਗੁਰਦਾਸਪੁਰੀ ਦੀ ਜ਼ਿੰਦਗੀ ਦੇ ਉੱਤੇ ਜੀਵਨ ਉੱਤੇ ਉਹਦੀ ਗਾਇਕੀ ਦੇ ਉੱਤੇ ਕੋਈ ਡਾਕੂਮੈਂਟਰੀ ਫਿਲਮ ਬਣਾਈ ਜਾਵੇ ਪਰ ਕਰਦਿਆਂ ਕਰਾਉਂਦਿਆਂ ਬਹੁਤ ਸਾਰਾ ਸਮਾਂ ਲੰਘ ਗਿਆ ਚਲੋ ਹੁਣ ਇਹ ਯਤਨ ਬਹੁਤ ਸਾਰੇ ਹੋਰ ਮਿੱਤਰਾਂ ਨੇ ਨਾਲ ਰਲ ਕੇ ਨਿੰਦਰ ਘਗਿਆਣ ਵੀ ਨੇ ਉਚੇਚਾ ਯਤਨ ਕਰਕੇ ਇਸ ਪ੍ਰੋਜੈਕਟ ਨੂੰ ਹੱਥ ਪਾਇਆ ਅਤੇ ਬੜੀ ਵਧੀਆ ਗੱਲ ਆ ਕਿਉਂਕਿ ਮੋਹਨ ਸਿੰਘ ਮੇਲੇ ਦੇ ਵਿੱਚ ਵੀ ਅਮਰਜੀਤ ਗੁਰਦਾਸਪੁਰੀ ਨੂੰ ਲੋਕਾਂ ਨੇ ਸੁਣਿਆ ਜਲੰਧਰ ਰੇਡੀਓ ਤੋਂ ਵੀ ਸੁਣਿਆ ਸਮੇਂ ਬਹੁਤ ਤੇਜ਼ੀ ਦੇ ਨਾਲ ਵਾਪਰ ਗਏ ਬਹੁਤਿਆਂ ਲਈ ਤਾਂ ਅਮਰਜੀਤ ਗੁਰਦਾਸਪੁਰੀ ਇਹ ਵੀ ਹੋਊਗਾ ਕਿ ਕੌਣ ਅਮਰਜੀਤ ਗੁਰਦਾਸਪੁਰੀ ਲੇਕਿਨ ਜਿਨ੍ਹਾਂ ਦੇ ਚੇਤਿਆਂ ਵਿੱਚ ਵਸਿਆ ਹੋਇਆ ਉਹਨਾਂ ਨੂੰ ਹੀ ਪਤਾ ਕਿ ਉਹ ਪੰਜਾਬੀ ਗਾਇਕੀ ਦੇ ਵਿੱਚ ਇੱਕ ਵੱਡਾ ਮੀਲ ਪੱਥਰ ਆ ਅਮਰਜੀਤ ਗੁਰਦਾਸਪੁਰੀ ਨਾਲ ਜਦੋਂ ਸਾਡੀਆਂ ਨਿੱਘੀਆਂ ਯਾਦਾਂ ਹੁੰਦੀਆਂ ਰਹੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤਾਂ ਉਹਦਾ ਇੱਕ ਹੋਰ ਵੀ ਪੱਖ ਆ ਉਹ ਵਿੱਟ ਅਤੇ ਹਿਊਮਰ ਵੀ ਉਹਦੇ ਵਿੱਚ ਬਹੁਤ ਆ ਉਹ ਗੱਲਾਂ ਬਾਤਾਂ ਦੇ ਵਿੱਚ ਵੀ ਚੁਟਕਲੇ ਅਤੇ ਟੋਟਕੇ ਵੀ ਬਹੁਤ ਵਧੀਆ ਸੁਣਾਉਂਦਾ ਭਾਵੇਂ ਹੁਣ ਉਮਰ ਦੇ ਲਿਹਾਜ਼ ਨਾਲ ਅਮਰਜੀਤ ਗੁਰਦਾਸਪੁਰੀ ਜਿਹਨੂੰ ਕਹਿੰਦੇ ਆ ਵੀ ਸਿਆਣੀ ਉਮਰ 'ਚ ਚਲਿਆ ਗਿਆ ਅਤੇ ਫਿਰ ਵੀ ਉਹ ਬਕਾਇਦਾ ਆਪਦੇ ਬਾਰੇ ਜੋ ਕੁਛ ਉਹ ਇਸ ਡਾਕੂਮੈਂਟਰੀ ਦੇ ਵਿੱਚ ਉਹਨੇ ਦੱਸਿਆ ਇਹ ਬੜੀ ਵਧੀਆ ਗੱਲ ਆ ਕਿ ਉਹਦੇ ਆਪਦੇ ਮੁਖਾਰਬਿੰਦ ਦੇ ਵਿੱਚੋਂ ਹੀ ਅਸੀਂ ਸਾਰੇ ਇਸ ਗੱਲ ਨੂੰ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ ਲੋਕਾਂ ਵਾਸਤੇ ਬੇਨਤੀ ਆ ਸੰਦੇਸ਼ਕਾਂ ਦਾ ਬੇਨਤੀ ਆ ਕਿ ਲੱਚਰ ਗਾਇਕੀ ਤੋਂ ਸੁਣਨ ਤੋਂ ਪਰਹੇਜ਼ ਕਰੋ ਜਦੋਂ ਤੁਸੀਂ ਸੁਣਨੋਂ ਹਟ ਜਾਓ ਕਿਤੇ ਲੱਚਰ ਗਾਉਣੋਂ ਲੋਕ ਹਟ ਗਏ ਅਮਰਜੀਤ ਜੀ ਗੁਰਦਾਸਪੁਰੀ ਸਾਹਿਬ ਜਿਹੜੇ ਬੜੇ ਅੱਛੇ ਪੰਜਾਬ ਦੇ ਕਲਾਕਾਰ ਜਿਨ੍ਹਾਂ ਨੇ ਪੰਜਾਬੀ ਫੋਕ ਪੰਜਾਬੀ ਮਾਂ ਵਿਰਸੇ ਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਸਾਡਾ ਡੇਰਾ ਲੁਧਿਆਣਾ ਜਵਾਹਰ ਨਗਰ ਜਿੱਥੇ ਉਸਤਾਦ ਲਾਲ ਚੈਂ ਯਮਲਾ ਜੱਟ ਨਾਲ ਉਸਤਾਦੀ ਸ਼ਾਗਿਰਦੀ ਵੀ ਕੀਤੀ ਅਤੇ ਉਹਨਾਂ ਤੋਂ ਹਰ ਸਾਲ ਮੇਲੇ ਦੇ ਉੱਤੇ ਕੋਈ ਨਵੀਂ ਤੋਂ ਨਵੀਂ ਸਿੱਖਿਆ ਲੈਣ ਵਾਸਤੇ ਆਉਂਦੇ ਰਹੇ ਅਸੀਂ ਛੋਟੇ ਹੁੰਦੇ ਉਹਨਾਂ ਦੀ ਰੇਡੀਓ ਦੀ ਰਿਕਾਰਡਿੰਗ ਉਹਨਾਂ ਦੀ ਕਾਫੀ ਰਿਕਾਰਡਿੰਗ ਅਸੀਂ ਸੁਣਦੇ ਰਹੇ ਹਾਂ ਔਰ ਇਹੋ ਜਿਹੀ ਆਵਾਜ਼ ਪੰਜਾਬ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਵਿਰਸੇ ਨੂੰ ਸੇਵਾ ਕਰਨ ਵਾਲੀ ਬਹੁਤ ਘੱਟ ਮਿਲਦੀ ਹੈ ਅਮਰਜੀਤ ਗੁਰਦਾਸਪੁਰੀ ਦੀ ਹੇਕ ਪੰਜਾਬ ਦੇ ਬੱਚੇ ਬੱਚੇ ਨੂੰ ਉਸ ਸਮੇਂ ਤੋਂ ਅੱਜ ਦੇ ਸਮੇਂ ਤੱਕ ਪਤਾ ਹੈ ਉਹ ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬੰਨਣਾ ਇਹ ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬੰਨਣਾ ਕਦੀ ਤੇ ਗੁਲਾਬੀ ਫੁੱਲ ਟੰਗਿਆ ਵੀ ਕਰ ਕਦੇ ਤੇ ਗੁਲਾਬੀ ਫੁੱਲ ਟੰਗਿਆ ਵੀ ਕਰ ਅਮਰਜੀਤ ਗੁਰਦਾਸਪੁਰੀ ਆਪਣੇ ਸਮੇਂ ਜਦੋਂ ਬਾਲੋ ਮਈਆ ਗਾਉਂਦਾ ਹੈ ਛਪੜੀ ਵਿੱਚ ਅੰਬ ਤਰਦਾ ਇਸ ਜੁਦਾਈ ਨਾਲੋਂ ਰੱਬ ਪੈਦਾ ਹੀ ਨਾ ਕਰਦਾ ਰੱਬ ਪੈਦਾ ਹੀ ਨਾ ਕਰਦਾ ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬੰਨਣਾ ਨਹੀਂ ਉਹ ਲੋਕਾਂ ਹੀ ਕਹਿ ਪੁਰਾਣਾ ਵਾ ਇਸ ਕਰਕੇ ਉਹ ਆਪਣੇ ਟਾਈਮ ਦਾ ਜਾਂ ਆਪਣੇ ਵਕਤ ਦਾ ਇੱਕ ਲੋਕ ਗਾਇਕ ਬਹੁਤ ਚੰਗਾ ਕਿਉਂਕਿ ਕਈ ਵਾਰੀ ਕਾਨਫਰੰਸਾਂ 'ਚ ਇਹਦਾ ਇੱਥੋਂ ਤੱਕ ਵੀ ਹੁੰਦਾ ਸੀ ਕਿ ਜੇ ਮਾਈਕ ਨਹੀਂ ਨਾ ਤਾਂ ਲੈਣ ਅਮਰਜੀਤ ਵਾਸਤੇ ਮਾਈਕ ਦੀ ਕੋਈ ਲੋੜ ਨਹੀਂ ਇਹਦੀ ਆਵਾਜ਼ ਹੀ ਇੰਨੀ ਬੁਲੰਦਾ ਕਿ ਮਾਈਕ ਤੋਂ ਬਗੈਰ ਵੀ ਇਹ ਸਰੋਤਿਆਂ ਨੂੰ ਸਾਰਾ ਕੁਝ ਸੁਣਾ ਸਕਦਾ ਹੈ ਅਮਰਜੀਤ ਗੁਰਦਾਸਪੁਰੀ ਸਾਡਾ ਇਲਾਕਾ ਇੰਜ ਹੈ ਜੀ